ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ। ਜਿੱਥੇ ਕਿ ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਵਰਗੀ ਭਿਆਨਕ ਮਹਾਮਾਰੀ ਨੇ ਆਪਣੀ ਦਹਿਸ਼ਤ ਪਾਈ ਹੋਈ ਹੈ, ਉੱਥੇ ਹੀ ਸਮਾਜ ਸੇਵੀ ਸੰਸਥਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ, ਜਿਨ੍ਹਾਂ ਨੇ ਲੋੜਵੰਦ ਪਰਿਵਾਰਾਂ ਨੂੰ ਘਰ ਘਰ ਜਾ ਕੇ ਰਾਸ਼ਨ ਪਹੁੰਚਾਉਣ ਦੀ ਮੁਹਿੰਮ ਨੂੰ ਸ਼ੁਰੂ ਕੀਤਾ ਹੈ। ਅਜਿਹਾ ਹੀ ਦੇਖਣ ਨੂੰ ਮਿਲਿਆ ਜ਼ਿਲ੍ਹਾ ਤਰਨ ਤਾਰਨ ਦੇ ਸ਼ਹਿਰ ਭਿੱਖੀਵਿੰਡ ਵਿੱਚ, ਜਿੱਥੇ ਭਿੱਖੀਵਿੰਡ ਦੇ ਸਮੂਹ ਆੜ੍ਹਤੀਆਂ ਵੱਲੋਂ ਇਕਜੁੱਟ ਹੋ ਕੇ ਕਰੀਬ 600 ਲੋੜਵੰਦ ਪਰਿਵਾਰਾਂ ਨੂੰ ਘਰ ਘਰ ਜਾ ਕੇ ਰਾਸ਼ਨ ਦੇਣਾ ਆਪਣਾ ਫਰਜ਼ ਸਮਝਿਆ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਜਵੰਤ ਸਿੰਘ ਮਾਰਕੀਟ ਕਮੇਟੀ ਚੇਅਰਮੈਨ ਭਿੱਖੀਵਿੰਡ ਨੇ ਕਿਹਾ ਕਿ ਸਾਰਿਆਂ ਨੂੰ ਸਰਕਾਰਾਂ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮੈਂ ਆੜ੍ਹਤੀ ਭਰਾਵਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਮੁਸ਼ਕਿਲ ਭਰੀ ਘੜੀ ਵਿੱਚ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਲਈ ਆਪਣੇ ਕਦਮ ਅੱਗੇ ਵਧਾਏ ਹਨ ਅਤੇ ਕਰੀਬ 600 ਪਰਿਵਾਰਾਂ ਨੂੰ ਘਰ ਘਰ ਜਾ ਕੇ ਰਾਸ਼ਨ ਦੇਣ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਹੈ। ਇਸ ਮੌਕੇ ਹਾਜ਼ਰ ਨਗਰ ਪੰਚਾਇਤ ਭਿੱਖੀਵਿੰਡ ਦੇ ਪ੍ਰਧਾਨ ਕਿਸ਼ਨਪਾਲ, ਜੱਜ, ਸਮਾਜ ਸੇਵੀ ਨਰਿੰਦਰ ਸਿੰਘ ਸੋਨੀ ਅਤੇ ਇੰਦਰਵੀਰ ਸਿੰਘ ਸਰਪੰਚ ਪਹੂਵਿੰਡ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਆਪੋ ਆਪਣੇ ਘਰ ਵਿੱਚ ਹੀ ਰਹਿਣ ਤਾਂ ਜੋ ਇਸ ਭਿਆਨਕ ਬਿਮਾਰੀ ਦੇ ਵੱਧ ਰਹੇ ਪ੍ਰਭਾਵ ਨੂੰ ਰੋਕਿਆ ਜਾ ਸਕੇ। ਹਾਂਜੀ ਸਰ, ਕੀ ਨਾਮ ਹੈ ਆਪਣਾ ਅਤੇ ਇਹ ਰਾਸ਼ਨ ਜਿਹੜਾ ਕਿਸ ਤਰ੍ਹਾਂ ਦਿੱਤਾ ਜਾ ਰਿਹਾ? ਮੈਂ ਰਜਵੰਤ ਸਿੰਘ ਜੀ, ਚੇਅਰਮੈਨ ਮਾਰਕੀਟ ਕਮੇਟੀ ਭਿੱਖੀਵਿੰਡ। ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਮਰਿਆੜਤੀ ਵੀਰ ਆ, ਇਹਨਾਂ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ। ਉਹਦੇ ਜਵਿੰਦਾ ਜੀ, ਹੁਣ ਮੈਂ ਸਾਰਿਆਂ ਦੇ ਨਾਂ ਨਹੀਂ ਲੈ ਸਕਦਾ, ਸਾਡੇ ਪ੍ਰਧਾਨ ਜੀ, ਜੱਜ ਜੀ, ਸਾਡੇ ਬਹੁਤ ਹੀ ਹੋਣਹਾਰ ਮੇਰੇ ਛੋਟੇ ਵੀਰ ਸੋਨੀ ਜੀ, ਨਾਲ ਉਹਦੇ ਰਣਜੀਤ ਜੀ, ਰਾਣਾ ਜੀ, ਸਾਰੇ ਹੀ ਆਪ ਜਿੰਨੇ ਵੀ ਸਾਡੇ ਮੰਡੀ ਦੇ ਆੜ੍ਹਤੀ ਆ 100-150, ਉਹਨਾਂ ਬਹੁਤ ਹੀ ਵੱਡਾ ਉਪਰਾਲਾ ਕੀਤਾ। ਹੁਕਮ ਹੋਇਆ ਸੀ ਡੀਸੀ ਸਾਹਿਬ ਦਾ, ਸਾਨੂੰ ਪ੍ਰਦੀਪ ਕੁਮਾਰ ਸੱਭਰਵਾਲ ਜੀ ਦਾ, ਉਹਨਾਂ ਨੇ ਕਿਹਾ ਸੀ ਵੀ ਤੁਸੀਂ ਉਪਰਾਲਾ ਕਰੋ, ਜਿੰਨੇ ਵੀ ਗਰੀਬ ਇੱਥੇ ਤੁਹਾਡੇ ਲਾਗੇ ਬੰਨੇ ਆ ਉਹਨਾਂ ਲਈ ਤੁਸੀਂ ਕਿੱਟਾਂ ਬਣਾ ਕੇ, ਏ ਡੀ ਸੀ ਸੁਰਿੰਦਰ ਜੀ ਦਾ, ਸਾਡੇ ਐਸ ਡੀ ਐਮ ਨਰਿੰਦਰ ਸਿੰਘ ਜੀ ਧਾਲੀਵਾਲ, ਸਾਰੇ ਹੀ ਸਾਡੇ ਬਹੁਤ ਸਤਿਕਾਰਯੋਗ ਅਫਸਰ ਸਾਨੂੰ ਬਹੁਤ ਹੀ ਡਿਸਟ੍ਰਿਕਟ ਦੇ ਵਿੱਚ ਮਿਲੇ ਨੇ, ਸਾਡੇ ਪੁਲਿਸ ਅਫਸਰ ਜਿਹੜੇ ਸਾਡੇ ਐਸ ਐਸ ਪੀ ਆ ਧਈਆ ਜੀ, ਸਾਡੇ ਐਸ ਐਚ ਓ ਸਰਦਾਰ ਬਲਵਿੰਦਰ ਸਿੰਘ ਜੀ ਭਿੱਖੀਵਿੰਡ, ਨਾਲ ਉਹਨਾਂ ਦੇ ਸਾਡੇ ਡੀ ਐਸ ਪੀ ਰਾਜਵੀਰ ਸਿੰਘ ਜੀ, ਇਹਨਾਂ ਨੇ ਦਿਨ ਰਾਤ ਇੱਕ ਕੀਤਾ ਹੋਇਆ ਹੈ। ਆਪਦੀ ਜਿਹੜੀ ਜਾਨ ਆ ਤੜੀ 'ਤੇ ਧਰ ਕੇ ਸਾਡੇ ਲਈ ਜਿੰਨਾ ਵੀ ਪ੍ਰਸ਼ਾਸਨ ਆ, ਹੈਲਥ ਵਾਲੇ, ਡੀ ਸਾਹਿਬ, ਜਿੰਨਾ ਵੀ ਪੁਲਿਸ, ਦਿਨ ਰਾਤ ਦੇ ਤੁਰੇ ਫਿਰਦੇ ਸਾਡੀ ਹਿਫਾਜ਼ਤ ਲਈ, ਸਾਨੂੰ ਵੀ ਚਾਹੀਦਾ ਹੈ ਵੀ ਇਹਨਾਂ ਦਾ ਜੋ ਵੀ ਹੁਕਮ ਆ ਸਾਨੂੰ ਮੰਨਣਾ ਚਾਹੀਦਾ, ਡਿਸਟੈਂਸ ਬਣਾ ਕੇ ਰੱਖਣੀ ਚਾਹੀਦੀ ਆ ਘੱਟੋ ਘੱਟ 2 ਮੀਟਰ ਦੀ, ਅਤੇ ਇਕੱਠ ਨਹੀਂ ਕਰਨਾ ਚਾਹੀਦਾ। ਅੱਜ ਦਾਣਾ ਮੰਡੀ ਭਿੱਖੀਵਿੰਡ ਵੱਲੋਂ ਸਮੂਹ ਆੜ੍ਹਤੀਆਂ ਨੇ 600 ਕਿੱਟ ਜਿਹੜੀ ਬਣਾ ਕੇ, ਉਹਦੇ 'ਚ ਕੋਈ 10 ਕਿਲੋ ਆਟਾ ਹੈ, ਨਾਲ ਗੰਢੇ ਆ, ਆਲੂ ਆ, ਦਾਲ ਆ ਜੀ, ਲੂਣ ਆ, ਖੰਡ ਆ, ਚਾਹ ਆ, ਤੇਲ ਆ, ਇਹ ਸਾਰਾ ਹੀ ਅੱਜ ਪ੍ਰੋਵਾਈਡ ਅਸੀਂ ਥੋੜ੍ਹਾ ਥੋੜ੍ਹਾ ਘਰ ਭਰਤੀ ਕਰਾਵਾਂਗੇ ਗੱਡੀਆਂ ਦੇ ਵਿੱਚ, ਉਹ 20-20 ਕਿੱਟਾਂ ਰੱਖ ਕੇ ਗੱਡੀਆਂ ਜਾਣਗੀਆਂ, ਉਹ ਦੇ ਕੇ ਆਉਣਗੀਆਂ, ਅਸੀਂ ਇਕੱਠ ਨਹੀਂ ਕਰਾਂਗੇ, ਆਪਣੇ ਆਪ ਨੂੰ ਅਸੀਂ ਸ਼ੋਅ ਨਹੀਂ ਕਰਨਾ ਵੀ ਅਸੀਂ ਵੰਡ ਰਹੇ ਹਾਂ। ਡੀ ਸਾਹਿਬ ਨਾਲ ਵੀ ਗੱਲ ਹੋਈ ਸੀ, ਉਹਨਾਂ ਵੀ ਕਿਹਾ ਸੀ ਤੁਸੀਂ, ਤੁਹਾਡੇ ਤਾਂ ਮੈਨੂੰ ਪਤਾ ਮਾਣ ਆ, ਤੁਸੀਂ ਆਪਣੇ ਆਪ ਹੀ ਜੋ ਕਰਨਾ ਵਧੀਆ ਕਰ ਰਹੇ ਜੇ, ਉਹਨਾਂ ਨੂੰ ਅਸੀਂ ਕਿਹਾ ਤੁਸੀਂ ਵੀ ਆਓ, ਏ ਡੀ ਸਾਹਿਬ ਨੂੰ ਵੀ ਕਿਹਾ, ਸੁਰਿੰਦਰ ਜੀ ਨੂੰ, ਐਸ ਡੀ ਐਮ ਸਾਹਿਬ ਨੂੰ ਕਿਹਾ ਸੀ, ਪਰ ਉਹ ਬਿਜ਼ੀ ਹੋਣ ਕਰਕੇ ਮੀਟਿੰਗਾਂ ਬੜੀਆਂ ਚੱਲਣ ਦੀਆਂ ਇਹਦੇ ਸੰਬੰਧ 'ਚ, ਉਹ ਨਹੀਂ ਆ ਸਕੇ। ਇਹ ਜੋ ਵੀ ਆ ਪ੍ਰੋਵਾਈਡ ਆ ਕਿਸੇ ਗਰੀਬ ਦਾ, ਅਸੀਂ ਇਹਨੇ ਵੀ ਢਿੱਡ ਭਰਿਆ ਜਾਵੇ, ਭੁੱਖਾ ਨਹੀਂ ਰਹਿਣਾ ਚਾਹੀਦਾ। ਭਿੱਖੀਵਿੰਡ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਭਿੱਖੀਵਿੰਡ ਵਾਸੀਆਂ ਨੂੰ ਔਰ ਇਲਾਕੇ ਨੂੰ ਸਾਰੇ ਨੂੰ ਸੰਦੇਸ਼ ਇਹ ਦੇਣਾ ਚਾਹੁੰਦਾ ਵੀ ਇਹ ਬੜੀ ਭਿਆਨਕ ਬਿਮਾਰੀ ਆ, ਇਹਦਾ ਕੋਈ ਇਲਾਜ ਅਜੇ ਨਿਕਲਿਆ ਨਹੀਂ ਗਾ, ਅਤੇ ਸਾਨੂੰ ਇਹੋ ਹੀ ਆ ਵੀ ਸਾਨੂੰ ਘਰਾਂ 'ਚ ਰਹਿਣਾ ਚਾਹੀਦਾ,
ਪ੍ਰਸ਼ਾਸਨ ਦੀ ਸਾਨੂੰ ਗੱਲ ਮੰਨਣੀ ਚਾਹੀਦੀ ਹੈ, ਪੁਲਿਸ ਦੀ ਗੱਲ ਮੰਨਣੀ ਚਾਹੀਦੀ ਹੈ ਸਾਨੂੰ। ਇੱਕ ਦੂਜੇ ਤੋਂ ਜੇ ਆਉਣਾ ਵੀ ਹੈ ਕਿਤੇ ਮਜਬੂਰੀ ਨੂੰ, ਤਾਂ ਇਕੱਲਾ ਇਕੱਲਾ ਆਓ ਆਪਦਾ ਸਮਾਨ ਲੈਣ, ਨਾ ਕਿ ਤੁਸੀਂ ਝੁੰਡ ਬਣਾ ਕੇ। ਮੈਂ ਪਿੰਡਾਂ ਦੇ ਵਿੱਚ ਵੇਖਿਆ ਕਈ ਤਾਸ਼ ਖੇਡਦੇ ਆ, ਕੋਈ ਉਸ ਤਰ੍ਹਾਂ ਫਿਰਦੇ ਆ। ਇਹਨਾਂ ਨੂੰ ਅਪੀਲ ਆ ਮੇਰੀ ਭਰਾਵਾਂ ਨੂੰ ਵੀ ਇਹ ਨਾ ਕੰਮ ਕਰਨ। ਇਹ ਪਤਾ ਉੱਦਣ ਲੱਗਣਾ ਜਿੱਦਣ ਇਹ ਫੈਲ ਗਿਆ। ਸਭ ਤੋਂ ਵਧੀਆ ਸਾਡੇ ਪੰਜਾਬ ਦੇ CM ਨੇ ਸਭ ਤੋਂ ਪਹਿਲਾਂ ਉਹਨਾਂ ਫੈਸਲਾ ਲਿਆ ਸੀ ਕਿ ਲੋਕਡਾਊਨ ਔਰ ਕਰਫਿਊ ਲਾਇਆ, ਸਭ ਤੋਂ ਪਹਿਲੀ ਸਟੇਟ ਇੰਡੀਆ 'ਚ ਹੈ। ਉਹ ਤੋਂ ਬਾਅਦ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਬੜਾ ਵਧੀਆ ਕੀਤਾ, ਸਾਨੂੰ ਬਚਾਉਣ ਦੀ ਖਾਤਰ ਕੀਤਾ। ਕਈ ਲੋਕ ਭੈਣ ਭਰਾ ਆਉਂਦੇ ਆ ਵੀ ਇਹ ਗਲਤ ਆ, ਪਰ ਬਹੁਤ ਵਧੀਆ ਆ, ਇਹਦੇ ਨਾਲ ਹੀ ਬਚਾ ਰਹੇ ਪ੍ਰਧਾਨ। ਇਹ ਰਾਸ਼ਨ ਅਸੀਂ ਸਾਰੇ ਮੰਡੀ ਵਾਲੇ ਸਹਿਯੋਗ ਦੇ ਨਾਲ, ਮੰਡੀ ਜਿੰਨੀ ਸਾਡੀ ਦਾਣਾ ਮੰਡੀ ਦੇ ਆ, ਸਰਦਾਰ ਰਾਜ ਸਿੰਘ ਪ੍ਰਧਾਨ ਚੇਅਰਮੈਨ ਨਾਲ ਮੰਡੀ ਦੇ ਪ੍ਰਧਾਨ ਆ, ਅੱਲ ਅਫਸਰਾਂ ਦੀ ਹਦਾਇਤਾਂ ਦੇ ਨਾਲ ਅਸੀਂ ਸਾਰਾ ਕੁਝ ਜਲੀਆ ਪਰਾਲਾ ਕਰਨ ਡਿਆ। ਇਹ ਸਾਰੇ ਅਸੀਂ ਮੰਡੀ ਵਾਲਿਆਂ ਦੇ ਸਹਿਯੋਗ ਦੇ ਨਾਲ ਹੀ ਅਸੀਂ ਪੈਸੇ ਇਕੱਠੇ ਕਰਕੇ ਸਾਰੇ ਇਹ ਕੋਈ 600 ਲਿਫਾਫਾ ਕਿੱਟਾਂ 'ਤੇ 600 ਕਿੱਟ ਤਿਆਰ ਕੀਤੀ ਆ, ਜਿਹੜੀ ਅਸੀਂ ਘਰ ਘਰ ਪਹੁੰਚਾਉਣੀ ਆ, ਗਰੀਬਾਂ ਨੂੰ, ਗਰੀਬ ਜਨਤਾ ਨੂੰ ਜਿਹੜੀ ਆ ਇਹ ਵੇਲੇ ਕਰਫਿਊ ਦੇ ਵਿੱਚ ਜਿਹੜੀ ਤੰਗ ਆ, ਉਹਨਾਂ ਨੂੰ ਅਸੀਂ ਘਰ ਘਰ ਪਹੁੰਚਾ ਕੇ ਉਹਨਾਂ ਦੀ ਸਹਾਰਾ ਕਰਦਾ। ਜੀ ਸੰਦੇਸ਼ ਕੀ ਦੇਣਾ ਚਾਹੋਗੇ? ਮੈਂ ਸੰਦੇਸ਼ 'ਚ ਖੇਡ ਵਾਸੀਆਂ ਨੂੰ ਸਾਰਿਆਂ ਨੂੰ ਸੰਦੇਸ਼ ਦੇਣਾ ਚਾਹੁੰਦਾ ਕਿ ਇਸ ਵੇਲੇ ਲੋਕਡਾਊਨ ਆ, ਸਾਰੇ ਜਣੇ ਕਰਫਿਊ ਦੇ ਵਿੱਚ ਸਾਰੇ ਅਫਸਰਾਂ ਦਾ ਸਹਿਯੋਗ ਦੇਣ। SHO ਸਾਹਿਬ, DSP ਸਾਹਿਬ ਜੋ ਵੀ ਆਪਾਂ ਨੂੰ ਨਿਰਦੇਸ਼ ਦਿੰਦੇ ਆ, ਇਹਨਾਂ ਦੀਆਂ ਹਦਾਇਤਾਂ ਦੇ ਨਾਲ ਚੱਲਣਾ ਚਾਹੀਦਾ ਅਤੇ ਆਪਣੀ ਸਾਰਿਆਂ ਦੇ ਅਤੇ ਤਾਦੀ ਬਚਾਅ ਆ ਸਾਰਿਆਂ ਦਾ, ਨਹੀਂ ਤਾਂ ਇਹ ਕੰਮ ਬਹੁਤ ਭਿਆਨਕ ਬਿਮਾਰੀ ਆ। ਇਹਦਾ ਸਿਰਫ ਰੋਕਣ ਦਾ ਤਰੀਕਾ ਹੀ ਇਹ ਆ ਕਿ ਲਵੀ ਆਪਾਂ ਘਰਾਂ ਦੇ ਵਿੱਚ ਬੰਦ ਹੋ ਜਾਈਏ ਅਤੇ ਸਾਰਾ ਕੁਝ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ TV ਨੂੰ ਅਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈੱਲ ਦਾ ਬਟਨ ਦਬਾਓ।